ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਕੇਸ ਸਟੱਡੀ ਇੱਕ ਉਸ ਸਟੂਡੈਂਟ ਦੀ ਹੈ ਜਿਹਨੇ ਕਾਉਂਸਲਿੰਗ ਵੇਲੇ ਇੱਕ ਇੱਦਾਂ ਦਾ ਹੈਰਾਨੀ ਵਾਲਾ ਕੁਐਸਚਨ ਪੁੱਛਿਆ ਕਿ ਜਿਹਦਾ ਜਵਾਬ ਨਹੀਂ ਸਮਝ ਲੱਗਾ ਕਿ ਕੀ ਆਨਸਰ ਦਿੱਤਾ ਜਾਏ। ਕੁੜੀ ਜਸਵਿੰਦਰ ਕਹਿੰਦੀ, ਸਰ ਮੈਂ ਸਾਰੀ ਤੁਹਾਡੀ ਐਡ ਦੇਖ ਕੇ ਆਈ ਹਾਂ ਕਿ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹੋ, ਸਾਰਾ ਕੁਛ ਸਮਝ ਲਿਆ, ਕਿਹੜੇ ਕਾਲਜ ਕਿਹੜੇ ਕੋਰਸ, ਆਪਣਾ ਪ੍ਰੋਫਾਈਲ ਦੱਸਤਾ, ਪ੍ਰੋਫਾਈਲ 'ਤੇ ਆਉਂਦੇ ਹਾਂ ਬਾਅਦ 'ਚੋਂ, ਬਟ ਕੁਐਸਚਨ ਕੀ ਸੀਗਾ ਉਹਦਾ ਕਿ ਹਾਂ ਤੁਹਾਡੀ ਐਡ ਦੇਖੀ ਕਿ ਤੁਸੀਂ ਸਾਰੇ ਪੈਸੇ ਬਾਅਦ 'ਚ ਲੈਂਦੇ ਹੋ, ਸਰ ਕੀ ਤੁਸੀਂ ਗੈਪ ਪੂਰੇ ਕਰਾਉਣ ਦੇ ਵੀ ਪੈਸੇ ਬਾਅਦ 'ਚ ਲੈਂਦੇ ਹੋ। ਸੋ ਇਹ ਇੱਕ ਉਹ ਸਵਾਲ ਸੀਗਾ ਕਿ ਜਿਹਦਾ ਜਵਾਬ ਹੀ ਨਹੀਂ ਸਮਝ ਲੱਗਾ ਕਿ ਉਹ ਕੁੜੀ ਕੀ ਪੁੱਛਣਾ ਚਾਹ ਰਹੀ ਹੈ। ਫਿਰ ਜਦੋਂ ਉਹਦੇ ਨਾਲ ਡਿਟੇਲ 'ਚ ਗੱਲ ਹੋਈ, 2016 ਪਾਸ ਆਊਟ ਹੈ, ਬੈਚਲਰਸ ਉਹਨੇ ਬੈਚਲਰ ਆਫ ਸਾਇੰਸ 2016 'ਚ ਕੀਤੀ, ਆਇਲਸ ਚੰਗਾ ਸਕੋਰ 6 ਓਵਰਆਲ, 1 'ਚ 5.5 ਬੈਂਡ ਸੀਗੇ। ਉਹ ਕਹਿੰਦੀ ਮੈਂ ਕਈ ਕੰਸਲਟੈਂਟਸ ਦੇ ਕੋਲ ਗਈ, ਹਰ ਬੰਦਾ ਮੈਨੂੰ ਆ ਕੇ ਚਲੋ ਪ੍ਰੋਸੈਸਿੰਗ ਫੀਸਾਂ ਦੇ ਜੋ ਪੈਸੇ, ਅੰਬੈਸੀ ਫੀਸਾਂ ਦੇ ਜੋ ਪੈਸੇ ਉਹ ਤਾਂ ਮੰਗ ਹੀ ਰਹੇ, ਨਾਲ 20,000 25,000 ਰੁਪਿਆ ਕਿ 2016 ਤੋਂ ਤੂੰ ਹੁਣ ਤੱਕ ਕੀ ਕੀਤਾ ਉਹ ਗੈਪ ਪੂਰਾ ਕਰਾਉਣ ਦੇ ਪੈਸੇ ਲਵਾਂਗੇ। ਸੋ ਤੁਹਾਡੀ ਜ਼ਿੰਦਗੀ ਦੇ ਉਹ 3-4 ਸਾਲ ਜਿਹੜੇ ਤੁਸੀਂ ਕਿੱਦਾਂ ਬਿਤਾਏ ਹੈ, ਉਸ ਟਾਈਮ ਦੇ ਦੌਰਾਨ ਤੁਸੀਂ ਇੱਕ ਉਹ ਸਰਟੀਫਿਕੇਟ ਜਿਹੜਾ ਪੈਸੇ ਦੇ ਕੇ ਖਰੀਦ ਕੇ ਲਵਾਓਗੇ, ਕੱਲ੍ਹ ਨੂੰ ਉਹਦੀ ਜਸਟੀਫਿਕੇਸ਼ਨ ਕਿਸ ਤਰ੍ਹਾਂ ਦਿੱਤੀ ਜਾਏਗੀ, ਇਹਦਾ ਕੋਈ ਇਲਾਜ ਨਹੀਂ ਹੈਗਾ। ਫਿਰ ਉਹ ਵੀਜ਼ਾ ਰਿਫਿਊਜ਼ ਹੁੰਦਾ, ਫਿਰ ਉਹਦੇ 'ਤੇ ਬੈਨ ਲੱਗਦਾ, ਫਿਰ 5 ਸਾਲ ਲਈ ਕੈਨੇਡਾ ਦੀ ਐਂਟਰੀ ਬੰਦ ਹੁੰਦੀ ਹੈ, ਫਿਰ ਆਪਾਂ ਇੱਧਰ ਉੱਧਰ ਤੁਰੇ ਫਿਰਦੇ ਹਾਂ ਕਿ ਜੀ ਸਾਡੇ ਨਾਲ ਕੀ ਹੋਵੇਗਾ। ਕਿਸੇ ਵੀ ਸਟੂਡੈਂਟ ਦੀ ਪੜ੍ਹਾਈ ਨੂੰ, ਅੱਜ ਮੁੱਕੀ ਨੂੰ ਜਾਂ ਲਾਸਟ ਐਜੂਕੇਸ਼ਨ ਨੂੰ ਜਿਹਨੂੰ ਆਪਾਂ ਗੱਲ ਕਰਦੇ ਹਾਂ, 3-4 ਸਾਲ 5 ਸਾਲ ਹੋ ਗਏ ਆ, ਤੁਸੀਂ ਵੇਰਵਾ ਦੇਣਾ ਆਪਣੀ ਉਸ ਟਾਈਮ ਦਾ ਕਿ ਉਸ ਟਾਈਮ ਦੌਰਾਨ ਕੀ ਕੀਤਾ, ਨਾ ਕਿ ਇਸ ਕੰਮਾਂ 'ਚ ਪੈਣਾ ਕਿ ਜੀ ਮੇਰਾ ਡਿਪਲੋਮਾ ਬਣਾ ਦਿਉ ਕੰਪਿਊਟਰ ਦਾ, ਮੇਰਾ ਕੋਈ ITI ਕਰਾ ਦਿਉ, ਮੇਰਾ ਕੁਛ ਹੋਰ ਕਰਾ ਦਿਉ। ਕੋਈ ਲੋਕ ਬੈਚਲਰਸ ਅਤੇ ਮਾਸਟਰ ਡਿਗਰੀਆਂ ਬਣਾ ਕੇ ਲਾਈ ਜਾਂਦੇ ਆ। ਸੋ ਅਲਟੀਮੇਟਲੀ ਫਾਈਲ ਤੁਹਾਡੀ ਹੈ, ਤੁਹਾਡੇ ਨਾਮ 'ਤੇ ਅੰਬੈਸੀ 'ਚ ਜਾਣੀ ਹੈ, ਜੋ ਚੰਗਾ ਮਾੜਾ ਉਹਦੇ 'ਤੇ ਰਿਜ਼ਲਟ ਆਉਣਾ ਉਹ ਤੁਹਾਡਾ। ਕਿਸੇ ਨੇ 20,000 ਲੈ ਲਿਆ, 25,000 ਲੈ ਲਿਆ, ਉਹ ਉਹਨੇ ਆਪਣੀ ਜੇਬ 'ਚ ਪਾ ਲਿਆ, ਉਹਦੇ ਰਿਜ਼ਲਟਸ, ਉਹਦੀਆਂ ਰੀਪਰਕਸ਼ਨਸ ਤੁਹਾਨੂੰ ਭੁਗਤਣੀਆਂ ਪੈਣੀਆਂ। ਸੋ ਜਸਵਿੰਦਰ ਨੂੰ ਅਸੀਂ ਇਹ ਚੀਜ਼ ਸਮਝਾਈ ਕਿ ਕੋਈ ਵੀ ਗੈਪ ਪੂਰਾ ਕਰਨ ਦਾ ਕੋਈ ਡਾਕੂਮੈਂਟ ਇੱਦਾਂ ਦਾ ਅੰਬੈਸੀ 'ਚ ਨਹੀਂ ਜਾਏਗਾ, ਨਾ ਫਾਈਲ 'ਚ ਲੱਗੇਗਾ। ਸਿਰਫ ਉਹਨੇ ਸਾਨੂੰ ਦੱਸਣਾ ਸੀ ਕਿ ਉਸ ਟਾਈਮ ਦੌਰਾਨ ਉਹਨੇ ਕੀ ਕੀਤਾ, ਔਰ ਉਹ ਮੈਂਸ਼ਨ ਕਰਕੇ ਉਹਦੀ ਐਕਸਪਲੇਨੇਸ਼ਨ ਦੇ ਕੇ ਅੰਬੈਸੀ 'ਚ ਭੇਜੀ, ਵੀਜ਼ਾ ਤੁਹਾਡੇ ਸਾਹਮਣੇ ਆ, ਰਿਜ਼ਲਟ ਤੁਹਾਡੇ ਸਾਹਮਣੇ ਆ। ਸੋ ਕੋਈ ਵੀ ਸਟੈਪ ਤੁਹਾਡੀ ਫਾਈਲ ਲਾਉਣ ਲਈ ਜਿਹੜਾ ਲਿੱਤਾ ਜਾਂਦਾ, ਉਸ ਸਟੈਪ ਦੇ ਜ਼ਿੰਮੇਵਾਰ ਤੁਸੀਂ ਹੋ, ਚਾਹੇ ਕੋਈ ਵੀ ਬੰਦਾ ਉਸ ਸਟੈਪ 'ਤੇ। ਤੁਸੀਂ ਕੱਲ੍ਹ ਨੂੰ ਇਹ ਨਹੀਂ ਕਹਿ ਸਕਦੇ ਇਹ ਮੇਰੇ ਏਜੰਟ ਨੇ ਕੀਤਾ, ਇਹ ਮੇਰੇ ਭਰਾ ਨੇ ਕਰਤਾ, ਇਹ ਮੇਰੇ ਕਜ਼ਨ ਨੇ ਮੈਨੂੰ ਇਹ ਸਲਾਹ ਦਿੱਤੀ ਸੀ। ਇਟ ਇਜ਼ ਯੋਰ ਫਾਈਲ, ਉਹਦੀ ਆਨਸਰੇਬਿਲਿਟੀ ਸਿਰਫ ਔਰ ਸਿਰਫ ਤੁਹਾਡੀ ਹੈ। ਸੋ ਗੈਪ ਤੋਂ ਨਾ ਡਰੋ, ਡਾਕੂਮੈਂਟ ਚੱਕੋ, ਫਾਈਲ ਆਪਣੀ ਲਿਆਓ, ਅਸੀਂ ਦੇਖਾਂਗੇ ਉਸ ਟਾਈਮ ਦੌਰਾਨ ਤੁਸੀਂ ਕੀ ਕੀਤਾ, ਤੁਸੀਂ ਦੱਸੋਗੇ, ਔਰ ਅਸੀਂ ਸਿਰਫ ਉਹਨੂੰ ਪ੍ਰਜੈਂਟ ਕਰਾਂਗੇ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।